ਤੁਸੀਂ ਅਕਸਰ ਹੀ ਲੋਕਾਂ ਨੂੰ ਇਹ ਗੱਲ ਕਰਦੇ ਸੁਣਿਆ ਹੋਵੇਗਾ ਕਿ ਆਰਥਿਕ ਪੱਖੋਂ ਅਸੀਂ ਔਖੇ ਹੋ ਗਏ ਹਾਂ, ਲਾਕਡਾਊਨ ਨੇ ਲੱਕ ਤੋੜ ਕੇ ਰੱਖ ਦਿੱਤਾ ਆਰਥਿਕਤਾ ਦਾ, ਦੁਕਾਨਦਾਰੀ ਖਤਮ ਹੋ ਗਈ ਹੈ, ਬਿਜ਼ਨਸ ਖਤਮ ਹੋ ਗਿਆ, ਪੈਸੇ ਦੀ ਆਰਥਿਕ ਮੰਦੀ ਬੜੀ ਚੱਲ ਰਹੀ ਹੈ। ਪਰ ਜੋ ਖਬਰ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਬੜੀ ਹੈਰਾਨ ਕਰਨ ਵਾਲੀ ਹੈ। ਜਿਵੇਂ ਪਿਛਲੇ ਸਾਰੇ ਰਿਕਾਰਡ ਆਨਲਾਈਨ ਸ਼ਾਪਿੰਗ ਦੇ ਇਸ ਵਾਰ ਭਾਰਤ ਦੇ ਵਿੱਚ ਟੁੱਟ ਗਏ ਨੇ। ਤਿਉਹਾਰੀ ਸੀਜ਼ਨ ਦੇ ਵਿੱਚ ਵੱਖ ਵੱਖ ਕੰਪਨੀਆਂ ਨੇ ਆਨਲਾਈਨ ਸ਼ਾਪਿੰਗ ਦੀਆਂ ਨਵੀਆਂ ਨਵੀਆਂ ਸਕੀਮਾਂ ਕੱਢੀਆਂ, ਤਾਂ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ। 85% ਨਵੇਂ ਗਾਹਕ ਬਣੇ ਨੇ ਇਹਨਾਂ ਆਨਲਾਈਨ ਕੰਪਨੀਆਂ ਦੇ, ਅਤੇ ਕਮਾਈ ਪੱਖੋਂ 55% ਕਮਾਈ ਇਹਨਾਂ ਕੰਪਨੀਆਂ ਦੀ ਵਧੀ ਹੈ। ਫਿਰ ਅਸੀਂ ਸੋਚਦੇ ਹਾਂ ਕਿ ਜਿਹੜੇ ਉਹ ਲੋਕ ਕਿੱਥੇ ਨੇ ਜਿਹੜੇ ਵਾਰ ਵਾਰ ਕਹਿੰਦੇ ਨੇ ਕਿ ਆਰਥਿਕ ਪੱਖੋਂ ਅਸੀਂ ਖਤਮ ਹੋ ਗਏ, ਮੰਦਹਾਲੀ ਦੇ ਦੌਰ 'ਚ ਗੁਜ਼ਰ ਰਹੇ ਹਾਂ, ਅਤੇ ਦੂਜੇ ਪਾਸੇ ਇਹ ਆਨਲਾਈਨ ਕੰਪਨੀਆਂ ਕਰੋੜਾਂ ਅਰਬਾਂ ਰੁਪਇਆਂ ਦਾ ਬਿਜ਼ਨਸ ਕਰ ਰਹੀਆਂ ਨੇ। ਇਹ ਖਾਸ ਰਿਪੋਰਟ ਦੇਖੋ, ਅੰਕੜੇ ਹੈਰਾਨ ਕਰਨ ਵਾਲੇ ਨੇ। ਹਰ ਸਾਲ ਵਾਂਗ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਹੋਈ ਤਾਂ ਖਰੀਦਦਾਰੀ ਦਾ ਵੀ ਮੌਸਮ ਆ ਗਿਆ। ਪਰ ਇਸ ਨੂੰ ਕੋਰੋਨਾ ਦਾ ਡਰ ਕਹਿ ਲਓ ਜਾਂ ਲਾਕਡਾਊਨ ਦੀਆਂ ਪਾਬੰਦੀਆਂ, ਈ ਕਾਮਰਸ ਕੰਪਨੀਆਂ ਦੀ ਬੱਲੇ ਬੱਲੇ ਹੋ ਗਈ, ਕਿਉਂਕਿ ਲੋਕ ਘਰੋਂ ਬਾਹਰ ਨਿਕਲਣ ਦੀ ਥਾਂ ਆਨਲਾਈਨ ਸ਼ਾਪਿੰਗ 'ਤੇ ਹੀ ਜ਼ੋਰ ਦੇ ਰਹੇ ਨੇ। ਜਿਸ ਦਾ ਨਤੀਜਾ ਇਹ ਹੈ ਕਿ ਦੀਵਾਲੀ ਤੋਂ ਪਹਿਲਾਂ ਹੀ ਈ ਕਾਮਰਸ ਕੰਪਨੀਆਂ ਦੀ ਦੀਵਾਲੀ ਬਣ ਗਈ ਹੈ। ਤਿਉਹਾਰੀ ਸੇਲ ਦੇ ਪਹਿਲੇ ਹਫ਼ਤੇ ਦੇ ਵਿੱਚ $4.1 ਅਰਬ ਯਾਨੀ ਕਿ 29,000 ਕਰੋੜ ਰੁਪਏ ਦਾ ਸਮਾਨ ਵਿਕ ਚੁੱਕਿਆ। ਬੀਤੇ ਸਾਲ ਇਹ ਅੰਕੜਾ 2.7 ਅਰਬ ਡਾਲਰ ਦਾ ਸੀ। ਇਸ ਸਾਲ ਹੋਈ ਵਿਕਰੀ ਬੀਤੇ ਸਾਲ ਨਾਲੋਂ 55% ਵੱਧ ਹੈ, ਜਦਕਿ ਖਰੀਦਾਰਾਂ ਦੀ ਤਾਦਾਦ 85% ਵੱਧ ਕੇ 2.8 ਕਰੋੜ ਗਾਹਕਾਂ ਤੋਂ 5.2 ਕਰੋੜ ਹੋ ਗਈ ਹੈ। ਈ ਕਾਮਰਸ ਕੰਪਨੀਆਂ ਦੀ ਕੁੱਲ ਵਿਕਰੀ ਦੇ ਵਿੱਚ ਸਭ ਤੋਂ ਵੱਧ ਹਿੱਸੇਦਾਰੀ ਸਮਾਰਟਫੋਨਸ ਦੀ ਰਹੀ ਹੈ। ਜਾਣਕਾਰ ਦੇ ਮੁਤਾਬਕ ਵੱਖ ਵੱਖ ਵੈਬਸਾਈਟਾਂ ਉੱਤੇ ਹਰ 1 ਮਿੰਟ ਦੇ ਵਿੱਚ ਤਕਰੀਬਨ 1.5 ਕਰੋੜ ਰੁਪਏ ਦੇ ਮੋਬਾਈਲ ਫੋਨਾਂ ਦੀ ਵਿਕਰੀ ਹੋਈ। ਇੱਕ ਪਾਸੇ ਦੇਸ਼ ਦੀ ਆਰਥਿਕਤਾ ਬੇਹੱਦ ਕਮਜ਼ੋਰ ਹੋਈ, ਤਾਂ ਦੂਜੇ ਪਾਸੇ ਲਾਕਡਾਊਨ ਦੇ ਵਿੱਚ ਲੋਕਾਂ ਦੇ ਰੁਜ਼ਗਾਰ 'ਤੇ ਵੱਡੀ ਸੱਟ ਵੱਜੀ ਹੈ। ਪਰ ਉਸ ਸਭ ਦੇ ਬਾਵਜੂਦ ਸਿਰਫ ਈ ਕਾਮਰਸ ਵੈਬਸਾਈਟਾਂ ਦੀ ਕਮਾਈ ਦੇ ਵਿੱਚ ਇੰਨਾ ਵੱਡਾ ਇਜਾਫਾ ਬੇਹੱਦ ਹੈਰਾਨ ਕਰਨ ਵਾਲਾ ਹੈ। ਬਿਊਰੋ ਰਿਪੋਰਟ, BTC ਨਿਊਜ਼।